ਕੁੜੀਆਂ ਨੇ ਜਿਹੜੀਆਂ ਹੈਗੀਆਂ ਫਿਰ ਪਹਿਲਾਂ ਵਾਂਗ ਹੀ ਮੱਲਾਂ ਮਾਰੀਆਂ। ਦਸਵੀਂ ਵਿੱਚ ਵੀ ਉਹਨਾਂ ਦੇ ਜਿਹੜਾ ਹੈਗਾ ਉਹਨਾਂ ਦਾ ਅੰਕੜਾ ਅੱਗੇ ਰਿਹਾ ਸੀ। ਇਸ ਵਾਰ ਵੀ ਜਿਹੜਾ ਹੈਗਾ 2% ਦੇ ਨਾਲ ਕੁੜੀਆਂ ਦੀ ਪਾਸ ਪ੍ਰਤੀਸ਼ਤਤਾ ਵੱਧ ਹੈ। ਸੂਬੇ ਭਰ ਦੇ ਵਿੱਚ ਕਿਹੜਾ ਜ਼ਿਲ੍ਹਾ ਮੋਹਰੀ ਰਿਹਾ ਜੀ ਇਸ ਵਾਰ? ਰੂਪਨਗਰ ਜਿਹੜਾ ਜ਼ਿਲ੍ਹਾ ਹੈਗਾ ਰੋਪੜ ਉਹ ਮੋਹਰੇ ਰਿਹਾ। ਸਭ ਜਿਹੜੇ ਬੱਚੇ ਨਤੀਜਿਆਂ ਤੋਂ ਨਾ ਖੁਸ਼ ਨੇ ਉਹਨਾਂ ਨੂੰ ਕੀ ਅਪੀਲ ਕਰਦੇ ਹੋ ਤੁਸੀਂ? ਪਰ ਇੱਕ ਖੁਦ ਇੱਕ ਅਧਿਆਪਕ ਹੋਣ ਦੇ ਨਾਤੇ ਔਰ ਚੀਜ਼ ਦੀ ਥੋੜ੍ਹੀ ਬਹੁਤੀ ਅਕਾਦਮਿਕਤਾ ਦੀ ਸਮਝ ਹੋਣ ਦੇ ਨਾਤੇ ਅਸੀਂ ਇਹ ਰਿਜ਼ਲਟ ਬਹੁਤ ਅੱਛੇ ਤਰੀਕੇ ਨਾਲ ਤਿਆਰ ਕੀਤਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਜਿਹੜੇ ਨਤੀਜੇ ਐਲਾਨ ਦਿੱਤੇ ਗਏ ਨੇ, ਸਾਡੇ ਨਾਲ ਚੇਅਰਮੈਨ ਸਾਹਿਬ ਮੌਜੂਦ ਨੇ ਡਾਕਟਰ ਯੋਗਰਾਜ ਜੀ, ਸਵਾਗਤ ਹੈ ਤੁਹਾਡਾ ਸਾਂਝਾ ਟੀਵੀ। ਥੈਂਕ ਯੂ। ਇਸ ਵਾਰ ਦੇ ਨਤੀਜੇ ਕਿਵੇਂ ਰਹੇ ਨੇ ਅਤੇ ਕੁੜੀਆਂ ਨੇ ਮੱਲਾਂ ਮਾਰੀਆਂ ਨੇ ਜਾਂ ਫਿਰ ਮੁੰਡਿਆਂ ਨੇ ਮੱਲਾਂ ਮਾਰੀਆਂ ਨੇ? ਇਸ ਵਾਰ ਜਿਹੜਾ ਹੈਗਾ ਮੈਨੂੰ ਦੱਸਦਿਆਂ ਬਹੁਤ ਖੁਸ਼ੀ ਹੁੰਦੀ ਹੈ ਕਿ ਕੁੜੀਆਂ ਨੇ ਜਿਹੜੀਆਂ ਹੈਗੀਆਂ ਫਿਰ ਪਹਿਲਾਂ ਵਾਂਗ ਹੀ ਮੱਲਾਂ ਮਾਰੀਆਂ। ਦਸਵੀਂ ਵਿੱਚ ਵੀ ਉਹਨਾਂ ਦੇ ਜਿਹੜਾ ਹੈਗਾ ਉਹਨਾਂ ਦਾ ਅੰਕੜਾ ਅੱਗੇ ਰਿਹਾ ਸੀ। ਇਸ ਵਾਰ ਵੀ ਜਿਹੜਾ ਹੈਗਾ 2% ਦੇ ਨਾਲ ਕੁੜੀਆਂ ਦੀ ਪਾਸ ਪ੍ਰਤੀਸ਼ਤਤਾ ਵੱਧ ਹੈ। ਕੀ ਕੁਝ ਨਤੀਜੇ ਰਹੇ ਨੇ, ਕੀ ਫੀਸਦੀ ਨਤੀਜੇ ਨੇ ਔਰ ਉਹਦੇ ਬਾਰੇ ਥੋੜ੍ਹੀ ਡਿਟੇਲ ਤੁਹਾਨੂੰ ਮੈਂ ਇਹਦੇ ਦੱਸਣਾ ਚਾਹਾਂਗਾ ਕਿ ਉਸਦੇ ਵਿੱਚ ਸਾਡੇ ਕੋਲ ਲਗਭਗ ਨਹੀਂ ਐਗਜੈਕਟ 2,92,663 ਬੱਚੇ ਅਪੀਲ ਹੋਏ, ਜਿਸ ਵਿੱਚੋਂ 2,82,349 ਬੱਚੇ ਪਾਸ ਹੁੰਦੇ ਹਨ ਅਤੇ 96.48% ਪ੍ਰਤੀਸ਼ਤਤਾ ਰਹਿੰਦੀ ਹੈ, ਜਿਹੜੀ ਪਿਛਲੇ ਵਾਰੇ ਨੂੰ 3.71% ਵਧੇਰੇ ਹੈ। ਕੁੜੀਆਂ ਦੀ ਗਿਣਤੀ ਜਿਹੜੀ ਬੱਚੀਆਂ ਦੀ ਗਿਣਤੀ ਹੈ 1,34,672 ਜਿਸ ਵਿੱਚੋਂ 1,31,091 ਬੱਚੀਆਂ ਪਾਸ ਹੁੰਦੀਆਂ ਹਨ, 97% 34 ਨਾਲ ਇਹ ਅੱਗੇ ਰਹਿੰਦੀਆਂ ਨੇ ਮੁੰਡਿਆਂ ਨਾਲੋਂ। ਔਰ ਬੱਚਿਆਂ ਦੀ ਗਿਣਤੀ ਜਿਹੜੀ ਮੁੰਡਿਆਂ ਦੀ ਗਿਣਤੀ 1,57,991 ਹੈ ਜਿਸ ਵਿੱਚ 1,52,258 ਉਹ ਪਾਸ ਹੁੰਦੇ ਹਨ ਅਤੇ ਉਹਨਾਂ ਦੀ 95.74% ਜਿਹੜੀ ਪ੍ਰਤੀਸ਼ਤਤਾ ਵਧੇਰੇ। ਇਸ ਪ੍ਰਕਾਰ ਕੁੜੀਆਂ 2% ਦੇ ਨੰਬਰਾਂ ਨਾਲ ਅੱਗੇ ਹਨ ਮੁੰਡਿਆਂ ਤੋਂ। ਸੂਬੇ ਭਰ ਦੇ ਵਿੱਚ ਕਿਹੜਾ ਜ਼ਿਲ੍ਹਾ ਮੋਹਰੀ ਰਿਹਾ ਜੀ ਇਸ ਵਾਰ? ਰੂਪਨਗਰ ਜਿਹੜਾ ਜ਼ਿਲ੍ਹਾ ਹੈਗਾ ਰੋਪੜ ਉਹ ਮੋਹਰੀ ਰਿਹਾ ਔਰ ਜਿਹੜਾ ਫਾਜ਼ਿਲਕਾ ਜ਼ਿਲ੍ਹਾ ਹੈ ਉਹ ਅੰਤਮ ਹੈ। ਲਗਭਗ 5-6% ਦਾ ਇਹਨਾਂ ਦੇ ਵਿੱਚ ਫਰਕ ਹੈ, ਬਾਕੀ ਸਾਰਿਆਂ ਦੀ ਇਸ ਪ੍ਰਕਾਰ ਇਹ ਜਿਹੜੀ ਹੈਗੀ ਆ। ਕਿਹੜੇ ਫੋਰਮੈਟ ਦੇ ਤਹਿਤ ਇਹ ਜਿਹੜੇ ਰਿਜ਼ਲਟ ਤੈਅ ਕੀਤੇ ਗਏ ਨੇ, ਕਿਉਂਕਿ ਕਰੋਨਾ ਕਾਲ ਤੋਂ ਬਾਅਦ ਹੁਣ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੇ ਨਤੀਜੇ ਕੱਢੇ ਗਏ? ਹਾਂ, ਅਸੀਂ ਆਪਣੀ ਪੂਰੀ ਤਿਆਰੀ ਕੀਤੀ ਸੀ ਆਫਲਾਈਨ ਪ੍ਰੀਖਿਆ ਲੈਣ ਦੀ, ਪਰ ਅਚਾਨਕ ਜਦੋਂ ਇਹ ਆਉਂਦਾ ਹੈਗਾ ਪ੍ਰੀਖਿਆਵਾਂ ਸੁਪਰੀਮ ਕੋਰਟ ਮਾਣਯੋਗ ਸੁਪਰੀਮ ਕੋਰਟ ਦਖਲਅੰਦਾਜ਼ੀ ਨਾਲ ਇਹ ਜਿਹੜੀਆਂ ਪ੍ਰੀਖਿਆਵਾਂ ਰੱਦ ਕੀਤੀਆਂ ਜਾਂਦੀਆਂ ਹਨ, ਉਸ ਦੇ ਵਿੱਚ ਅਸੀਂ ਇੱਕ ਆਪਣੇ ਗਹਿਰ ਵਿਚਾਰ ਮੰਥਨ ਤੋਂ ਬਾਅਦ ਅਸੀਂ ਇੱਕ ਰਿਜ਼ਲਟ ਦਾ ਲਈ ਫਾਰਮੂਲਾ ਤਿਆਰ ਕਰਦੇ ਹਾਂ, ਜਿਸ ਵਿੱਚ 10ਵੀਂ ਦੇ ਵਿੱਚੋਂ 30% ਔਰ 11ਵੀਂ ਦੇ ਵਿੱਚੋਂ 30% ਔਰ 12ਵੀਂ ਦੇ ਵਿੱਚੋਂ 40% ਇੰਟਰਨਲ ਅਸੈਸਮੈਂਟ ਔਰ ਪ੍ਰੀ ਬੋਰਡ ਦੇ ਆਧਾਰ ਦੇ ਉੱਤੇ ਇੱਕ ਬਾਹਰਮੁਖੀ ਔਰ ਓਬਜੈਕਟਿਵ ਰਿਜ਼ਲਟ ਤਿਆਰ ਕੀਤਾ। ਡਾਕਟਰ ਸਾਹਿਬ, ਇਹਨਾਂ ਨਤੀਜਿਆਂ ਨਾਲ ਜਿਹੜੇ ਬੱਚੇ ਸੈਟਿਸਫਾਈ ਨਹੀਂ ਹੈਗੇ, ਸੰਤੁਸ਼ਟ ਨੇ, ਉਹ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਨੇ? ਕਿਉਂਕਿ ਬੱਚਿਆਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਵੀ ਰਹਿ ਜਾਂਦੀ ਹੈ ਕਿ ਉਹ ਪੇਪਰਾਂ 'ਚ ਰਹਿ ਗਏ ਨੇ। ਜਿਹੜੇ ਬੱਚੇ ਇਸ ਰਿਜ਼ਲਟ ਨਾਲ ਸੰਤੁਸ਼ਟ ਨੇ ਉਹਨਾਂ ਦਾ ਸਵਾਗਤ ਹੈ। ਬੋਰਡ ਉਹਨਾਂ ਨੂੰ ਅਗਲੇ 15 ਦਿਨਾਂ ਦੇ ਵਿੱਚ ਦੇਵੇਗਾ, ਜਿਸ ਵਿੱਚ ਉਹ ਆਪਣੀ ਰਿਕੁਐਸਟ ਭੇਜ ਸਕਦੇ ਹਨ। ਪੁਰਾਣੀ ਫੀਸ ਦੇ ਆਧਾਰ ਦੇ ਉੱਤੇ ਜਦੋਂ ਸਰਕਾਰ ਵੱਲੋਂ ਇਜਾਜ਼ਤ ਮਿਲਦੀ ਹੈ ਅਸੀਂ ਉਹਨਾਂ ਦੀ ਆਫਲਾਈਨ ਜਿਹੜੀ ਪ੍ਰੀਖਿਆ ਦਾ ਇੰਤਜ਼ਾਮ ਕਰਾਂਗੇ, ਔਰ ਜੇ ਉਸ ਦੇ ਵਿੱਚ ਕਿਸੇ ਸਰਟੀਫਿਕੇਟ ਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਗਲਤੀ ਹੈ ਉਹ ਵੀ 15 ਦਿਨਾਂ ਵਿੱਚ ਬਿਨਾਂ ਕਿਸੇ ਫੀਸ ਤੋਂ ਠੀਕ ਕਰਵਾ ਸਕਦੇ। ਡਾਕਟਰ ਸਾਹਿਬ, ਜਿਹੜੇ ਬੱਚੇ ਨਤੀਜਿਆਂ ਤੋਂ ਨਾ ਖੁਸ਼ ਨੇ ਉਹਨਾਂ ਨੂੰ ਕੀ ਅਪੀਲ ਕਰਦੇ ਹੋ ਤੁਸੀਂ? ਮੈਨੂੰ ਲੱਗਦਾ ਕਿ ਹਰ ਇੱਕ ਦੀ ਵਿਅਕਤੀਗਤ ਚੋਣ ਹੁੰਦੀ ਹੈ, ਮੈਂ ਕਿਸੇ ਵਾਸਤੇ ਆਪਣੇ ਜਿਹੜੇ ਵਿਚਾਰ ਨਹੀਂ ਲੱਦ ਸਕਦਾ ਉਹਨਾਂ ਉੱਪਰ ਕਿ ਉਹ ਕਿਸ ਪ੍ਰਕਾਰ ਨਾਲ ਜਾਣ, ਪਰ ਇੱਕ ਖੁਦ ਇੱਕ ਅਧਿਆਪਕ ਹੋਣ ਦੇ ਨਾਤੇ ਔਰ ਚੀਜ਼ ਦੀ ਥੋੜ੍ਹੀ ਬਹੁਤੀ ਅਕਾਦਮਿਕਤਾ ਦੀ ਸਮਝ ਹੋਣ ਦੇ ਨਾਤੇ ਅਸੀਂ ਇਹ ਰਿਜ਼ਲਟ ਬਹੁਤ ਅੱਛੇ ਤਰੀਕੇ ਨਾਲ ਤਿਆਰ ਕੀਤਾ ਔਰ ਸਾਰੇ ਪੱਖਾਂ ਨੂੰ ਵਿਦਿਆਰਥੀ ਦੀ ਜਿਹੜੀ ਹੈਗੀ ਉਹਦੀ ਯੋਗਤਾ, ਟੀਚਰ ਉਹਨਾਂ ਬਾਰੇ ਕੀ ਸਮਝਦੇ ਹੈ, ਪ੍ਰੀ ਬੋਰਡ 'ਚ ਕੀ ਕਰਦੇ ਆ, 10ਵੀਂ ਦੇ ਵਿੱਚ ਉਹਨਾਂ ਦੇ ਨੰਬਰ ਕਿਹੋ ਜਿਹੇ, 11ਵੀਂ ਵਿੱਚ ਉਹਨਾਂ ਨੇ ਕਿਸ ਪ੍ਰਕਾਰ ਪੜ੍ਹਾਈ ਲਿਖਾਈ ਕੀਤੀ, ਇਹ ਸਾਰਿਆਂ ਨੂੰ ਮਿਲਾ ਕੇ ਕੋਕਟੇਲ ਇੱਕ ਤਰ੍ਹਾਂ ਦਾ ਤਿਆਰ ਕਰਕੇ ਅਸੀਂ ਇੱਕ ਰਿਜ਼ਲਟ ਤਿਆਰ ਕੀਤਾ ਔਰ ਮੈਂ ਆਪਣੇ ਨਿੱਜੀ ਤੌਰ ਦੇ ਉੱਤੇ ਔਰ ਆਪਣੇ ਬੋਰਡ ਵੱਲੋਂ ਇਹ ਵਿਸ਼ਵਾਸ ਦਵਾਉਂਦਾ ਕਿ ਇਹ ਬਹੁਤ ਹੀ ਇੱਕ ਤਰ੍ਹਾਂ ਦਾ ਵਿਗਿਆਨਿਕ ਪੱਧਤੀ ਨਾਲ ਤਿਆਰ ਕੀਤਾ ਰਿਜ਼ਲਟ ਹੈ। ਪਰ ਫਿਰ ਵੀ ਕਿਸੇ ਬੱਚੇ ਨੂੰ ਜਿਸ ਨੂੰ ਜਿਹੜਾ ਹੈਗਾ ਉਹ ਇਸ ਤਰ੍ਹਾਂ ਸੈਟਿਸਫਾਈ ਨਹੀਂ, ਉਸ ਨੂੰ ਹਰ ਹੱਕ ਹੈ, ਹਰ ਉਸਦਾ ਰਾਈਟ ਹੈ ਕਿ ਸਾਨੂੰ ਆਪਣੀ ਗੱਲ ਕਰੇ ਔਰ ਆਪਣੀ ਰਿਕੁਐਸਟ ਭੇਜੇ, ਅਸੀਂ ਉਸਦੀ ਪੜ੍ਹਾਈ ਦਾ, ਉਸਦੇ ਇਮਤਿਹਾਨ ਦਾ ਆਫਲਾਈਨ ਦਾ ਇੰਤਜ਼ਾਮ ਕਰਾਂਗੇ। ਤਾਂ ਇਹ ਸਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਯੋਗਰਾਜ ਜੀ, ਜਿਨ੍ਹਾਂ ਨੇ ਦੱਸਿਆ ਕਿ ਸੂਬੇ ਭਰ ਦੇ ਵਿੱਚ ਰੋਪੜ ਜ਼ਿਲ੍ਹਾ ਮੋਹਰੀ ਰਿਹਾ ਅਤੇ ਕੁੜੀਆਂ ਨੇ ਇਸ ਵਾਰ ਫੇਰ ਮੱਲਾਂ ਮਾਰੀਆਂ ਨੇ। ਕੈਮਰਾਮੈਨ ਆਕਾਸ਼ ਦੇ ਨਾਲ ਸਤਵਿੰਦਰ ਰੰਧਾਵਾ, ਸਾਂਝਾ ਟੀਵੀ, ਚੰਡੀਗੜ੍ਹ।